ਗੁਰੂ ਪਾਕ ਦੇ ਨਾਮ ਉੱਤੇ ਆਮੀਨ। ਸਾਰੇ ਭੈਣ ਭਰਾਵਾਂ ਨੂੰ ਜੈ ਯਿਸੂ ਮਸੀਹ ਦੀ। ਮਸੀਹ ਵਿੱਚ ਪਿਆਰ, ਅੱਜ 17 ਜੂਨ ਨੂੰ ਅਸੀਂ ਪਾਤਮਾ ਕਲੀਸੀਆ ਦੇ ਨਾਲ ਮਿਲ ਕੇ ਸੰਤ ਗਿਰਗਰੀ ਬਾਰ ਬਾਰੀਗੋ ਦੀ ਈਦ ਦਾ ਦਿਹਾੜਾ ਮਨਾਉਂਦੇ ਹਾਂ, ਜਿਨ੍ਹਾਂ ਦਾ ਜਨਮ 16 ਸਤੰਬਰ 1625 ਵਿੱਚ ਵੈਨਿਸ ਇਟਲੀ ਵਿਖੇ ਹੋਇਆ ਸੀ। ਬਚਪਨ ਤੋਂ ਹੀ ਇਹਨਾਂ ਦਾ ਪੜ੍ਹਾਈ ਲਿਖਾਈ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਸੀ। ਇੱਕ ਦਿਨ ਇਹਨਾਂ ਦੀ ਮੁਲਾਕਾਤ ਪੇਪਲ ਲੀਗੇਟ ਫੈਬੀਓ ਚੀਜ਼ੀ ਦੇ ਨਾਲ ਹੋਈ ਅਤੇ ਇਸ ਮੁਲਾਕਾਤ ਵਿੱਚ ਇਹਨਾਂ ਨੂੰ ਇੱਕ ਪੁਰੋਹਿਤ ਬਣਨ ਦੇ ਲਈ ਉਤਸਾਹ ਦਿੱਤਾ ਗਿਆ ਸੀ ਅਤੇ 1655 ਦੇ ਵਿੱਚ ਇਹਨਾਂ ਦਾ ਪੁਰੋਹਿਤਾਈ ਅਭਿਸ਼ੇਕ ਹੋਇਆ ਸੀ। 1658 ਦੇ ਵਿੱਚ ਇਹਨਾਂ ਨੂੰ ਬੈਰਗੈਂਬੋ ਦਾ ਬਿਸ਼ਪ ਬਣਾ ਦਿੱਤਾ ਗਿਆ ਅਤੇ 1660 ਦੇ ਵਿੱਚ ਇਹਨਾਂ ਦੀ ਇੱਕ ਕਾਰਡੀਨਲ ਵਜੋਂ ਨਿਯੁਕਤੀ ਹੋਈ ਸੀ। 1664 ਵਿੱਚ ਇਹਨਾਂ ਨੂੰ ਪਦੂਆ ਦਾ ਬਿਸ਼ਪ ਬਣਾ ਦਿੱਤਾ ਗਿਆ ਅਤੇ ਆਖਿਰ ਵਿੱਚ 18 ਜੂਨ 1697 ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ। ਮਸੀਹ ਵਿੱਚ ਪਿਆਰਿਓ, ਸੰਤ ਚਾਰਲਸ ਬਰੋਮੀਓ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਚੰਗੇ ਕੰਮ ਕੀਤੇ, ਜਿਵੇਂ ਕਿ ਇੱਕ ਬਿਸ਼ਪ ਹੋਣ ਦੇ ਨਾਤੇ ਇਹਨਾਂ ਨੇ ਆਪਣੀ ਹੀ ਡਾਇਸਿਸ ਦੇ ਵਿੱਚ ਆਪਣੇ ਹੀ ਪੁਰੋਹਿਤ ਲੋਕਾਂ ਨੂੰ ਇੱਕ ਚੰਗਾ ਉਦਾਹਰਣ ਦੇਣ ਦੇ ਲਈ ਆਪਣੇ ਹੀ ਲੋਕਾਂ ਨੂੰ ਮਸੀਹ ਤਲੀਮ ਸਿਖਾਉਂਦੇ ਹੁੰਦੇ ਸਨ ਅਤੇ ਸਾਲ ਦੇ ਵਿੱਚ 2 ਵਾਰੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਸਨ ਅਤੇ ਉਹਨਾਂ ਦੇ ਲਈ ਤਿਆਗ ਤਪੱਸਿਆ ਕਰਕੇ ਰੋਜ਼ਾ ਰੱਖ ਕੇ ਪ੍ਰਾਰਥਨਾ ਕਰਦੇ ਹੁੰਦੇ ਸਨ। ਸੈਮੀਨਰੀ ਦੇ ਵਿੱਚ ਬ੍ਰਦਰਾਂ ਦੇ ਪ੍ਰਤੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਲਗਾਓ ਸੀ, ਇਸ ਕਰਕੇ ਇਹ ਸੈਮੀਨਰੀ ਦੇ ਵਿੱਚ ਜਾ ਕੇ ਉੱਥੋਂ ਦੇ ਬ੍ਰਦਰਾਂ ਨੂੰ ਲੈਟਿਨ, ਗ੍ਰੀਕ, ਸਾਇੰਸ ਅਤੇ ਪ੍ਰਚਾਰ ਕਰਨ ਦੇ ਵਿੱਚ ਉਹਨਾਂ ਦੇ ਨਾਲ ਆਪਣਾ ਗਿਆਨ ਸਾਂਝਾ ਕਰਦੇ ਹੁੰਦੇ ਸਨ ਅਤੇ ਇਸੇ ਹੀ ਲਗਨ ਅਤੇ ਪਿਆਰ ਦੀ ਖਾਤਰ ਸੈਮੀਨਰੀ ਦੇ ਵਿੱਚ ਬ੍ਰਦਰਾਂ ਨੰਬਰ ਵੱਧਦਾ ਗਿਆ। ਮਸੀਹ ਵਿੱਚ ਪਿਆਰਿਓ, ਇਹਨਾਂ ਦੇ ਜੀਵਨ ਵਿੱਚ ਇੱਕ ਹੀ ਲਕਸ਼ ਸੀ ਕਿ ਖੁਦਾ ਦੇ ਲਹੂ ਦੇ ਵਸੀਲੇ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਅਤੇ ਇਹੀ ਸਾਡਾ ਲਕਸ਼ ਹੋਣਾ ਚਾਹੀਦਾ ਹੈ। ਤੇ ਆਓ ਅੱਜ ਅਸੀਂ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰੀਏ ਜਿਹੜੇ ਕਿ ਤਿਆਗ ਤਪੱਸਿਆ ਦੇ ਰਾਹੀਂ, ਪ੍ਰਾਰਥਨਾ ਦੇ ਰਾਹੀਂ ਰੋਜ਼ਾ ਰੱਖ ਕੇ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਨੇ, ਤਾਂ ਜੋ ਇਹਨਾਂ ਦੀ ਪ੍ਰਾਰਥਨਾ ਦੇ ਵਸੀਲੇ ਖੁਦਾ ਬਹੁਤ ਸਾਰੀਆਂ ਲੋਕਾਂ ਨੂੰ ਬਚਾ ਲਵੇ। ਆਮੀਨ।